ਇਹ ਵੱਡੀ ਖਬਰ ਹੈ ਪੰਜਾਬ ਦੇ ਲਈ। ਬੀਜੇਪੀ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਪਹਿਲੀ ਲਿਸਟ 6 ਨਾਵਾਂ ਦਾ ਜ਼ਿਕਰ ਸੀਗਾ ਤੇ ਹੁਣ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਪੰਜਾਬ ਦੇ ਲਈ। ਬੀਜੇਪੀ ਨੇ ਸੈਕਿੰਡ ਲਿਸਟ ਆਪਣੀ ਜਾਰੀ ਕਰ ਦਿੱਤੀ ਹੈ। ਬੀਜੇਪੀ ਨੇ ਪੰਜਾਬ ਦੇ ਲਈ 3 ਹੋਰ ਕੈਂਡੀਡੇਟਸ ਦਾ ਐਲਾਨ ਕਰ ਦਿੱਤਾ ਹੈ। ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਹਾਲ ਹੀ ਚ ਉਹਨਾਂ ਨੇ IAS ਦੀ ਨੌਕਰੀ ਤੋਂ ਅਸਤੀਫਾ ਦਿੱਤਾ ਸੀਗਾ ਤੇ ਇਸ ਵਿਚਾਲੇ ਉਹਨਾਂ ਦੇ ਵੱਲੋਂ ਤੇ ਉਹਨਾਂ ਦੇ ਪਤੀ ਦੇ ਵੱਲੋਂ ਸ਼ਮੂਲੀਅਤ ਬੀਜੇਪੀ ਚ ਕੀਤੀ ਗਈ ਸੀ ਕਿ ਬਲਵਿੰਦਰ ਸਿੰਘ ਮਲੂਕਾ ਦੀ ਨੋ ਨੇ ਬਠਿੰਡਾ ਤੋਂ ਪਰਮਪਾਲ ਕੌਰ ਨੂੰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਇਸ ਵਿਚਾਲੇ ਅਸੀਂ ਗੱਲ ਕਰੀਏ ਹੁਸ਼ਿਆਰਪੁਰ ਦੀ ਤਾਂ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ। ਖਡੂਰ ਸਾਹਿਬ ਸੀਟ ਦੀ ਗੱਲ ਕਰੀਏ ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਗਈ ਹੈ। ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਪੰਜਾਬ ਦੇ ਲਈ। ਹੁਣ ਬੀਜੇਪੀ ਦੇ ਵੱਲੋਂ ਆਪਣੀ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਪਹਿਲੀ ਲਿਸਟ 6 ਉਮੀਦਵਾਰ ਦਾ ਐਲਾਨ ਕੀਤਾ ਗਿਆ ਸੀਗਾ ਤੇ ਹੁਣ ਬੀਜੇਪੀ ਨੇ ਪੰਜਾਬ ਦੇ ਲਈ 3 ਹੋਰ ਉਮੀਦਵਾਰ ਦਾ ਐਲਾਨ ਕੀਤਾ ਹੈ। ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਹਾਲਾਂਕਿ ਕਿਆਸ ਰਹੀਆਂ ਲਗਾਈਆਂ ਜਾ ਰਹੀਆਂ ਸੀਗੀਆਂ ਕਿ ਇਸੇ ਕਰਕੇ ਉਹਨਾਂ ਦੇ ਵੱਲੋਂ IAS ਦੀ ਨੌਕਰੀ ਤੋਂ ਅਸਤੀਫਾ ਦਿੱਤਾ ਹੈ। ਪ੍ਰੀ ਮੈਚਿਓਰ ਰਿਟਾਇਰਮੈਂਟ ਉਹਨਾਂ ਦੇ ਵੱਲੋਂ ਲਈ ਗਈ ਸੀਗੀ ਤੇ ਉਸ ਤੋਂ ਬਾਅਦ ਬੀਜੇਪੀ ਚ ਸ਼ਮੂਲੀਅਤ ਉਹਨਾਂ ਦੇ ਵੱਲੋਂ ਹਾਲ ਹੀ ਚ ਕੀਤੀ ਗਈ ਹੈ ਤੇ ਹੁਣ ਬਠਿੰਡਾ ਤੋਂ ਚੋਣ ਮੈਦਾਨ ਚ ਉਤਰੇ ਨੇ ਬੀਜੇਪੀ ਦੇ ਲਈ। ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਦੱਸੋ ਹੁਸ਼ਿਆਰਪੁਰ ਜੋ ਕਿ ਰਿਜ਼ਰਵ ਸੀਟ ਹੈ, ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ। ਇਸ ਵਿਚਾਲੇ ਖਡੂਰ ਸਾਹਿਬ ਸੀਟ ਤੋਂ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਗਈ ਹੈ। ਪੰਕਜ ਤੁਸੀਂ ਸਾਡੇ ਨਾਲ ਜੁੜੇ ਹੋਏ ਨੇ, ਪੰਕਜ ਵੱਡੀ ਖਬਰ। ਇਸ ਵਿਚਾਲੇ ਮੈਂ ਮੁੜ ਤੋਂ ਆਪਣੇ ਸਹਿਯੋਗੀ ਦਾ ਜ਼ਿਕਰ ਕਰਾਂਗੇ। ਪੰਜਾਬ ਦੇ ਲਈ ਬੀਜੇਪੀ ਦੀ ਦੂਜੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਤਮਾਮ ਜੋ ਨਾਵਾਂ ਦਾ ਐਲਾਨ ਕੀਤਾ ਗਿਆ, 3 ਹੋਰ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ ਤੇ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ। ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਗਈ ਹੈ। ਤੀਸਰੇ ਵਿਚਾਲੇ ਆਮ ਆਦਮੀ ਪਾਰਟੀ ਦੇ ਵੱਲੋਂ 4 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ। ਤੀਜੀ ਲਿਸਟ ਜਾਰੀ ਕੀਤੀ ਗਈ ਹੈ। ਸਾਡੇ ਨਾਲ ਪਵਨ ਕੁਮਾਰ ਟੀਨੂ ਫੋਨ ਲਾਈਨ ਤੇ ਮੌਜੂਦ ਨੇ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਨਿਊਜ਼ 18 ਪੰਜਾਬ ਤੇ। ਤੁਹਾਨੂੰ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਹੈ ਸਰ, ਤੁਹਾਡਾ ਪਹਿਲਾ ਰਿਐਕਸ਼ਨ? ਮੈਂ ਆਮ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਜ਼ਿੰਮੇਵਾਰੀ ਮੇਰੀ ਲਗਾਈ ਹੈ ਜਲੰਧਰ ਲੋਕ ਸਭਾ ਇਲੈਕਸ਼ਨ ਲੜਨ ਦੀ। ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦਾ ਔਰ ਆਮ ਪਾਰਟੀ ਦੇ ਸਾਰੇ ਵਲੰਟੀਅਰਸ ਦਾ, ਉਹਨਾਂ ਦੇ ਹਲਕਾ ਇੰਚਾਰਜ ਸਾਹਿਬਾਨ ਦਾ, ਬਲਾਕ ਪ੍ਰਧਾਨ ਦਾ ਤੇ ਸਾਰੇ ਕੋਆਰਡੀਨੇਟਰਸ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਮਾਣ, ਇਹ ਜ਼ਿੰਮੇਵਾਰੀ, ਬੜੀ ਵੱਡੀ ਜ਼ਿੰਮੇਵਾਰੀ ਮੇਰੇ ਸਿਰ 'ਤੇ ਪਾਈ ਆ। ਮੈਂ ਬਹੁਤ ਮਿਹਨਤ, ਇਮਾਨਦਾਰੀ ਦੇ ਨਾਲ, ਮਿਹਨਤ ਦੇ ਨਾਲ ਚੋਣ ਲੜਾਂਗਾ ਔਰ ਆਮ ਪਾਰਟੀ ਦੀਆਂ ਜੋ ਡਾਇਰੈਕਸ਼ਨਸ ਨੇ, ਜੋ ਉਹਨਾਂ ਦੇ ਮੁੱਦੇ ਨੇ, ਉਹਨਾਂ ਨੂੰ ਉਠਾਵਾਂ ਸਰਕਾਰ ਵਿੱਚ ਵੀ, ਪਰ ਜੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਤਾਂ ਇਹਨੂੰ ਲੋਕ ਸਭਾ ਵਿੱਚ ਵੀ ਮੁੱਦਿਆਂ ਨੂੰ ਲੈ ਕੇ ਜਾਵਾਂਗਾ। ਸਰ, ਤੁਸੀਂ ਜਲੰਧਰ ਸੀਟ ਤੇ ਕਿਸ ਤਰ੍ਹਾਂ ਦਾ ਮੁਕਾਬਲਾ ਦੇਖਦੇ ਹੋ, ਕਿਉਂਕਿ ਬੀਜੇਪੀ ਦੇ ਵੱਲੋਂ ਸੁਸ਼ੀਲ ਕੁਮਾਰ ਰਿੰਕੂ, ਕਾਂਗਰਸ ਪਾਰਟੀ ਦੇ ਵੱਲੋਂ ਸਾਬਕਾ ਸੀਐਮ ਚਰਨ ਸਿੰਘ ਚੰਨੀ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਤੁਸੀਂ ਕੈਂਡੀਡੇਟ ਐਲਾਨੇ ਗਏ ਹੋ, ਕਿਸ ਕਿਸਮ ਦਾ ਮੁਕਾਬਲਾ ਤੁਸੀਂ ਇਸ ਸੀਟ ਤੇ ਵੇਖਦੇ ਹੋ? ਦੇਖੋ ਜੀ, ਜਿੰਨੇ ਕੰਮ ਆਮ ਪਾਰਟੀ ਦੀ ਸਰਕਾਰ ਨੇ ਆਮ ਲੋਕਾਂ ਵਾਸਤੇ ਕੀਤੇ ਆ, ਖਾਸ ਕਰ ਬਿਜਲੀ ਦਾ ਕੰਮ, 90% ਲੋਕ ਬਿਜਲੀ ਦਾ ਬਿੱਲ ਨਹੀਂ ਆਉਂਦਾ, ਜਿਨ੍ਹਾਂ ਦੇ ਬਿੱਲ 7-7, 8-8 ਹਜ਼ਾਰ ਆਇਆ ਕਰਦੇ ਸੀ ਉਹਨਾਂ ਨੂੰ ਵੀ ਨਹੀਂ ਆ ਰਹੇ। ਨੌਜਵਾਨਾਂ ਨੂੰ, ਪੜ੍ਹੇ ਲਿਖਿਆਂ ਨੂੰ ਬਿਨਾਂ ਸਪਾਰਕ ਤੋਂ ਉਹਨਾਂ ਦੇ ਘਰ ਵਿੱਚ 5-2 ਲੈਟਰਾਂ ਆ ਰਹੀਆਂ, ਪਾਣੀ ਦੇ ਬਿੱਲ ਮਾਫ਼ ਆ। ਔਰ ਤੁਸੀਂ ਦੱਸੋ ਵੀ ਜਿਹੜੇ ਮੁਲਾਜ਼ਮ ਹੁੰਦੇ ਸੀ ਪਿਛਲੀਆਂ ਸਰਕਾਰਾਂ ਚ, ਕਹਿੰਦੇ ਹੁੰਦੇ ਸੀ ਜੀ ਖਜ਼ਾਨੇ ਬੰਦ ਹੋ ਗਏ, ਖਜ਼ਾਨਾ ਖਾਲੀ ਆ। ਆਮ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਕਦੀ ਸੁਣਿਆ ਖਜ਼ਾਨਾ ਖਾਲੀ ਆ ਜਾਂ ਖਜ਼ਾਨੇ ਬੰਦ ਆ?
ਤਨਖਾਹ ਨਹੀਂ ਮਿਲੀ, ਸੈਲਰੀ ਨਹੀਂ ਮਿਲੀ ਜਾਂ ਪੈਨਸ਼ਨ ਨਹੀਂ ਆਈ, ਇਹ ਬਹੁਤ ਅੱਛੇ ਕੰਮ ਜਿਹੜੇ ਪੰਜਾਬ ਲਈ ਹੋ ਰਹੇ ਆ ਔਰ ਪੰਜਾਬ 'ਚ ਅਮਨ ਸ਼ਾਂਤੀ ਭਾਈਚਾਰਾ ਕਾਇਮ ਕੀਤਾ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ, ਇਹ ਬਹੁਤ ਵੱਡੀ ਉਹਨਾਂ ਦੀ ਪ੍ਰਾਪਤੀ ਆ। ਸਾਰੇ ਵਰਗ ਆਮ ਪਾਰਟੀ ਵਿੱਚ ਸ਼ਾਮਿਲ ਆ, ਕੋਈ ਇੱਕ ਵਰਗ ਨਹੀਂ, ਸਾਰੇ ਵਰਗਾਂ ਦੀ ਇਹ ਪਾਰਟੀ ਆ। ਸਾਰੇ ਪੰਜਾਬ ਦਾ ਇੱਕ ਐਸਾ ਗੁਲਦਸਤਾ ਆ ਜਿਹੜਾ ਲੋਕਾਂ ਨੂੰ ਸਾਰੀਆਂ ਸਹੂਲਤਾਂ ਦੇ ਰਿਹਾ, ਚੰਗੀ ਖੁਸ਼ਬੂ ਦੇ ਰਿਹਾ ਭਾਈਚਾਰਕ ਸਾਂਝ। ਸਰ ਪਹਿਲਾਂ ਤੋਂ ਹੀ ਤੈਅ ਸੀਗਾ ਕਿਉਂਕਿ ਤੁਹਾਡੇ ਵੱਲੋਂ ਜਦੋਂ ਆਮ ਆਦਮੀ ਪਾਰਟੀ ਸ਼ਮੂਲੀਅਤ ਕੀਤੀ ਗਈ ਸੀਗੀ, ਹਾਲ ਹੀ 'ਚ ਤੁਸੀਂ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਹੈ, ਤੁਹਾਡੇ ਵੱਲੋਂ ਜ਼ਿਕਰ ਕੀਤਾ ਗਿਆ ਸੀਗਾ ਕਿ ਬਿਨਾਂ ਸ਼ਰਤ ਤੋਂ ਤੁਸੀਂ ਆਮ ਆਦਮੀ ਪਾਰਟੀ ਸ਼ਾਮਿਲ ਹੋ ਰਹੇ। ਬਿਲਕੁਲ, ਮੈਂ ਮਾਨਯੋਗ ਮੁੱਖ ਮੰਤਰੀ ਜੀ ਨੂੰ ਕਿਹਾ ਸੀ ਕਿ ਜਦ ਮੈਂ ਹੁਣ ਫੈਸਲਾ ਕਰ ਹੀ ਲਿਆ, ਕਿਉਂਕਿ ਲੋਕ ਕਹਿੰਦੇ ਆ ਵੀ ਕੰਮ ਹੋਣੇ ਚਾਹੀਦੇ ਆ, ਲੋਕ ਡਿਵੈਲਪਮੈਂਟ ਚਾਹੁੰਦੇ ਆ, ਲੋਕ ਵਿਕਾਸ ਚਾਹੁੰਦੇ ਆ, ਤੇ ਮੈਨੂੰ ਮੇਰੀ ਕੋਈ ਸ਼ਰਤ ਨਹੀਂ। ਜਿੱਥੇ ਵੀ ਡਿਊਟੀ ਸਰਕਾਰ ਜਾਂ ਪਾਰਟੀ ਮੇਰੀ ਲਾਏਗੀ, ਮੈਂ ਡਿਊਟੀ ਇਮਾਨਦਾਰੀ ਨਾਲ ਮਿਹਨਤ ਨਾਲ ਨਿਭਾਵਾਂਗਾ। ਮੇਰਾ ਪਿਛਲਾ 25 ਸਾਲ ਦਾ ਰਾਜਨੀਤਿਕ ਕੈਰੀਅਰ ਆ ਜਿਹੜਾ, ਉਹ ਮੈਂ ਬਹੁਤ ਮਹਾਰਾਜ ਦੀ ਪਰਮਾਤਮਾ ਦੇ ਆਸ਼ੀਰਵਾਦ ਦੇ ਨਾਲ ਬਹੁਤ ਸਾਫ਼ ਸੁਥਰਾ ਰੱਖਣ ਦੀ ਕੋਸ਼ਿਸ਼ ਕੀਤੀ ਆ ਤੇ ਮਿਹਨਤ ਕੀਤੀ ਆ। ਮੈਂ ਰਾਜਨੀਤੀ 'ਚ ਆ ਕੇ ਕੋਈ ਕਰਪਸ਼ਨ, ਕੋਈ ਦਵੈਤ, ਕੋਈ ਗੈਰ ਕਾਨੂੰਨੀ ਗੈਰ ਸਮਾਜਿਕ ਜਿਹੜੇ ਤੱਤਵ ਆ ਜਾਂ ਐਕਟੀਵਿਟੀਜ਼ ਆ ਉਹਨੂੰ ਕਦੀ ਬੜਾਵਾ ਨਹੀਂ ਦਿੱਤਾ। ਸਭ ਨੂੰ ਜੋੜ ਕੇ ਰੱਖਣ ਦੀ ਕੋਸ਼ਿਸ਼ ਕੀਤੀ ਆ, ਹਮੇਸ਼ਾ ਪੰਜਾਬ ਦੀ ਚੜ੍ਹਦੀ ਕਲਾ ਲਈ, ਦੇਸ਼ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਤਤਪਰ ਰਹੇ ਹਾਂ ਤੇ ਉਸੇ ਤਰ੍ਹਾਂ ਹੀ ਕੰਮ ਕਰਦੇ ਹਾਂ। ਜੀ, ਬਹੁਤ ਬਹੁਤ ਸ਼ੁਕਰੀਆ ਆਸਨ ਕੁਮਾਰ, ਪਵਨ ਕੁਮਾਰ ਟੀ ਨੂੰ, ਆਮ ਆਦਮੀ ਪਾਰਟੀ ਦੇ ਉਮੀਦਵਾਰ ਜਲੰਧਰ ਸੀਟ ਤੋਂ ਇਹਨਾਂ ਨੂੰ ਚੋਣ ਮੈਦਾਨ ਆਮ ਆਦਮੀ ਪਾਰਟੀ ਦੇ ਵੱਲੋਂ ਉਤਾਰਿਆ ਗਿਆ ਹੈ। ਹਾਲਾਂਕਿ ਇਹਨਾਂ ਨੇ ਕਿਹਾ ਹੈ ਕਿ ਮੈਂ ਜਨਤਾ 'ਚ ਜਾ ਕੇ ਮੁੱਦੇ ਉਹਨਾਂ ਦੇ ਉਠਾਵਾਂਗਾ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਕਈ ਕੰਮ ਕੀਤੇ ਗਏ ਨੇ, ਮੁਫ਼ਤ ਪਾਣੀ, ਮੁਫ਼ਤ ਬਿਜਲੀ ਤੇ ਇਸ ਦੇ ਵਿਚਾਲੇ ਕਈ ਕੰਮ ਕਾਜ ਕੀਤੇ ਗਏ ਨੇ। ਆਮ ਆਦਮੀ ਪਾਰਟੀ ਕਲੀਨਿਕ ਖੋਲੇ ਗਏ ਨੇ, ਇਸ ਦੇ ਵਿਚਾਲੇ ਹਾਲ ਹੀ 'ਚ ਆ ਇਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਗਈ ਸੀਗੀ। ਸੀਐਮ ਭਗਵੰਤ ਮਾਨ ਦੇ ਵੱਲੋਂ ਆ ਜੁਆਇਨਿੰਗ ਕਰਵਾਈ ਗਈ ਸੀਗੀ ਤੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਜਲੰਧਰ ਸੀਟ ਜੋ ਕਿ ਰਿਜ਼ਰਵ ਸੀਟ ਹੈ ਉੱਥੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਐਲਾਨੇ ਗਏ ਨੇ। ਜੇ ਅਸੀਂ ਗੱਲ ਕਰੀਏ ਤੇ ਕਾਂਗਰਸ ਪਾਰਟੀ ਦੇ ਵੱਲੋਂ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਚੋਣ ਮੈਦਾਨ 'ਚ ਉਤਰੇ ਨੇ। ਜੇ ਅਸੀਂ ਗੱਲ ਕਰੀਏ ਬੀਜੇਪੀ ਦੇ, ਬੀਜੇਪੀ ਦੇ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਤੇ ਜੋ ਮੁਕਾਬਲਾ ਹੈ ਅੱਜ ਜਲੰਧਰ ਦੀ ਸੀਟ ਤੇ ਕਾਫੀ ਦਿਲਚਸਪ ਰਹਿਣ ਵਾਲਾ ਹੈ। ਇਸ ਵਿਚਾਲੇ ਵੱਡੀ ਖ਼ਬਰ ਦਾ ਜ਼ਿਕਰ ਕਰ ਰਿਹਾ ਕਿ ਬੀਜੇਪੀ ਦੇ ਵੱਲੋਂ ਵੀ ਦੂਜੀ ਲਿਸਟ ਆਪਣੀ ਜਾਰੀ ਕਰ ਦਿੱਤੀ ਗਈ ਹੈ। ਬੀਜੇਪੀ ਨੇ ਪੰਜਾਬ ਦੇ ਲਈ 3 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਬਠਿੰਡਾ ਤੋਂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਟਿਕਟ ਦਿੱਤੀ ਗਈ ਹੈ। ਇਸ ਵਿਚਾਲੇ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ ਹੁਸ਼ਿਆਰਪੁਰ ਦੀ ਰਿਜ਼ਰਵ ਸੀਟ, ਉੱਥੋਂ ਅਨੀਤਾ ਸ਼ੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ ਤੇ 3 ਹੋਰ ਕੈਂਡੀਡੇਟਸ ਦਾ ਐਲਾਨ ਬੀਜੇਪੀ ਦੇ ਵੱਲੋਂ ਕੀਤਾ ਗਿਆ ਹੈ। ਕੇਂਦਰ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਹੈ ਅਨੀਤਾ ਸੋਮ ਪ੍ਰਕਾਸ਼, ਜਿਨ੍ਹਾਂ ਨੂੰ ਟਿਕਟ ਦਿੱਤੀ ਗਈ ਹੈ ਤੇ ਮੌਜੂਦਾ ਸਿਟਿੰਗ MP ਵੀ ਨੇ। ਇਸ ਵਿਚਾਲੇ ਖਡੂਰ ਸਾਹਿਬ ਸੀਟ ਤੋਂ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਗਈ ਹੈ। ਪਹਿਲੀ ਸੀਟ ਦੀ ਅਸੀਂ ਗੱਲ ਕਰੀਏ ਤੇ ਪਹਿਲੀ ਲਿਸਟ 'ਚ ਬੀਜੇਪੀ ਦੇ ਵੱਲੋਂ 6 ਉਮੀਦਵਾਰ ਦਾ ਐਲਾਨ ਕੀਤਾ ਗਿਆ ਸੀਗਾ। ਮੇਰੇ ਸਹਿਯੋਗੀ ਪੰਕਜ ਕਪਾਹੀ ਜੋ ਨੇ ਜੁੜੇ ਹੋਏ ਨੇ। ਪੰਕਜ, ਬੀਜੇਪੀ ਦੇ ਵੱਲੋਂ ਦੂਜੀ ਲਿਸਟ ਜਾਰੀ ਕੀਤੀ ਗਈ ਨੇ ਤੇ ਕਈ ਅਹਿਮ ਚਿਹਰੇ ਦੂਜੀ ਲਿਸਟ ਸ਼ਾਮਿਲ ਨੇ। ਦੇਖੋ 6 ਤੇ 3 9 6 ਤੇ 3 9 ਹੁਣ 9 ਉਮੀਦਵਾਰ ਜਿਹੜੇ ਨੇ ਉਹ ਭਾਜਪਾ ਦੇ ਵੱਲੋਂ ਐਲਾਨੇ ਗਏ ਨੇ। ਬੀਜੇਪੀ ਨੇ ਵੀ ਆਪਣੀ ਪੰਜਾਬ 'ਚ ਕਿਸ ਤਰੀਕੇ ਦੀ ਲਿਸਟ ਹੋਏਗੀ ਵੀ ਲਗਭਗ ਕਲੀਅਰ ਕਰ ਦਿੱਤੀ। 4 ਕੈਂਡੀਡੇਟ ਅਜੇ ਬਚੇ ਨੇ, ਲੇਕਿਨ ਬਠਿੰਡੇ ਦਾ ਜ਼ਿਕਰ ਕੀਤਾ ਜਾਵੇ ਉੱਥੇ ਮੁਕਾਬਲਾ ਬੜਾ ਦਿਲਚਸਪ ਰਹਿਣ ਵਾਲਾ। ਹਰਸਿਮਰਤ ਬਾਦਲ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਔਰ ਉਹ ਕਹਿ ਚੁੱਕੇ ਨੇ, ਕੱਲ੍ਹ ਹੀ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਬਠਿੰਡੇ ਤੋਂ ਇਲੈਕਸ਼ਨ ਲੜਨਾ ਚਾਹੁੰਦੀ ਹਾਂ। ਬੀਜੇਪੀ ਨੇ ਵੀ ਮਹਿਲਾ ਕੈਂਡੀਡੇਟ ਦੇ ਉੱਤੇ ਦਾਅ ਖੇਡਿਆ ਵਾ।
ਇਹ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਜਿਨ੍ਹਾਂ ਦੇ ਉੱਤੇ ਦਾ ਖੇਡਿਆ ਗਿਆ ਵਾ ਉਹ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੇ। ਸਿਕੰਦਰ ਸਿੰਘ ਮਲੂਕਾ ਨੇ ਪਿਛਲੇ ਹਫਤੇ ਤੱਕ ਹਰਸਿਮਰਤ ਬਾਦਲ ਦੇ ਲਈ ਝੰਡਾ ਫੜ ਕੇ ਪ੍ਰਚਾਰ ਕਰ ਰਹੇ ਸੀਗੇ। ਹੁਣ ਇਹ ਕਾਫੀ ਇੰਟਰਸਟਿੰਗ ਹੋਏਗਾ ਕਿ ਜਦੋਂ ਪਰਮਪਾਲ ਕੌਰ ਸਿੱਧੂ ਹੋਰਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ, ਜਿਹੜੇ ਸਿਕੰਦਰ ਸਿੰਘ ਮਲੂਕਾ ਹੋਰਾਂ ਦੇ ਬੇਟੇ ਦੀ ਪਤਨੀ ਨੇ, ਤਾਂ ਹੁਣ ਮਲੂਕਾ ਹੋਰਾਂ ਦਾ ਕੀ ਝੰਡਾ ਬਦਲ ਜਾਏਗਾ। ਹਾਲਾਂਕਿ ਮਲੂਕਾ ਹੋਰੀ ਕਹਿ ਰਹੇ ਸੀਗੇ ਕਿ ਰੋਕਣ ਦੀ ਕੋਸ਼ਿਸ਼ ਕੀਤੀ ਸੀਗੀ, ਉਹ ਨਹੀਂ ਰੁਕੇ, ਉਹਨਾਂ ਦਾ ਆਪਣਾ ਨਿੱਜੀ ਫੈਸਲਾ, ਮੈਂ ਅਕਾਲੀ ਦਲ ਦੇ ਵਿੱਚ ਰਵਾਂਗਾ। ਲੇਕਿਨ ਬਠਿੰਡੇ ਦੀ ਜਿਹੜੀ ਤਸਵੀਰ ਆ ਉਹ 360 ਡਿਗਰੀ ਅਗਲੇ ਤੁਹਾਨੂੰ 2-3 ਦਿਨਾਂ 'ਚ ਘੁੰਮਦੀ ਹੋਈ ਨਜ਼ਰ ਆਏਗੀ, ਔਰ ਮਲੂਕਾ ਹੋਰਾਂ ਦੇ ਹੱਥਾਂ 'ਚ ਤੁਹਾਨੂੰ ਝੰਡਾ ਬਦਲਦਾ ਹੋਇਆ ਨਜ਼ਰ ਆਏਗਾ। ਤਕੜੀ ਤੋਂ ਇਹ ਝੰਡਾ ਜਿਹੜਾ ਫੁੱਲ ਵਾਲਾ ਫੜਦੇ ਹੋਏ ਸਿਕੰਦਰ ਸਿੰਘ ਮਲੂਕਾ ਨਜ਼ਰ ਆ ਸਕਦੇ ਨੇ, ਜੋ ਸਾਡੇ ਸੋਰਸਿਸ ਜਾਣਕਾਰੀ ਦੇ ਰਹੇ ਨੇ। ਦੂਸਰਾ ਇਹ ਹੈ ਕਿ ਹੁਸ਼ਿਆਰਪੁਰ ਤੋਂ, ਕਿਉਂਕਿ ਸੋਮ ਪ੍ਰਕਾਸ਼ ਮੌਜੂਦਾ ਮੈਂਬਰ ਪਾਰਲੀਮੈਂਟ ਨੇ, ਸੈਂਟਰ ਦੇ ਵਿੱਚ MOS ਵੀ ਨੇ, ਤਾਂ ਸੋਮ ਪ੍ਰਕਾਸ਼ ਦੀ ਪਿਛਲੇ 1-1.5 ਸਾਲ ਦੇ ਵਿੱਚ ਸਿਹਤ ਚੰਗੀ ਨਹੀਂ ਸੀਗੀ, ਲੇਕਿਨ ਸੋਮ ਪ੍ਰਕਾਸ਼ ਇਹੀ ਚਾਹੁੰਦੇ ਸੀਗੇ ਕਿ ਵਿਜੇ ਸਾਂਪਲਾ ਤੋਂ ਬਾਅਦ ਉਹਨਾਂ ਦੇ ਪਰਿਵਾਰ ਜਿਹੜਾ ਵਾ ਉਹ ਪਹਿਲਾਂ ਮੈਦਾਨ ਦੇ ਵਿੱਚ ਆਏ, ਔਰ ਇਸ ਵਾਰ ਅਗਰ ਉਹਨਾਂ ਦੀ ਸਿਹਤ ਠੀਕ ਨਹੀਂ ਹੈ ਜਾਂ ਉਮਰ ਦਾ ਤਕਾਜ਼ਾ ਤਾਂ ਪਰਿਵਾਰ ਦੇ ਵਿੱਚ ਹੀ ਟਿਕਟ ਰਵੇ, ਤਾਂ ਇਹ ਪਰਿਵਾਰ ਦੇ ਵਿੱਚ ਹੀ ਟਿਕਟ ਰਹੇਗੀ। ਤਾਂ ਵਿਜੇ ਸਾਂਪਲਾ ਨੂੰ ਜ਼ਰੂਰ ਹੁਸ਼ਿਆਰਪੁਰ ਦੇ ਵਿੱਚ ਝਟਕਾ ਲੱਗਿਆ, ਕਿਉਂਕਿ ਵਿਜੇ ਸਾਂਪਲਾ ਹੁਸ਼ਿਆਰਪੁਰ ਤੋਂ ਪ੍ਰਚਾਰ ਕਰ ਰਹੇ ਸੀ, ਉਹਨਾਂ ਨੂੰ ਉਮੀਦ ਸੀਗੀ ਕਿ ਭਾਜਪਾ ਇਸ ਵਾਰ ਸੋਮ ਪ੍ਰਕਾਸ਼ ਦੀ ਬਜਾਏ ਉਹਨਾਂ ਦੇ ਉੱਤੇ ਜਿਹੜਾ ਵਾ ਉਹਨਾਂ ਨੂੰ ਟਿਕਟ ਦੇ ਸਕਦੀ। ਪਿਛਲੇ ਦਿਨਾਂ 'ਚ ਆਫ ਰਿਕਾਰਡ ਬਹੁਤ ਸਾਰੀਆਂ ਗੱਲਾਂ ਬਾਤਾਂ ਸਾਡੀਆਂ ਵਿਜੇ ਸਾਂਪਲਾ ਹੋਰਾਂ ਦੇ ਨਾਲ ਹੋਈਆਂ ਸੀ, ਉਹਨਾਂ ਨੂੰ ਪੂਰੀ ਉਮੀਦ ਸੀਗੀ, ਆਸਵੰਦ ਸੀਗੇ ਕਿ ਟਿਕਟ ਉਹਨਾਂ ਨੂੰ ਮਿਲੇਗੀ ਇਸ ਵਾਰ, ਜਿਹੜੀ ਟਿਕਟ ਉਹਨਾਂ ਦੀ 2019 ਦੇ ਵਿੱਚ ਕੱਟੀ ਗਈ ਸੀ। ਲੇਕਿਨ ਸੋਮ ਪ੍ਰਕਾਸ਼ ਹੋਰਾਂ ਨੇ ਫਿਰ ਇੱਕ ਵਾਰ ਬਾਜੀ ਮਾਰੀ ਹੈ, ਔਰ ਅਨੀਤਾ ਸੋਮ ਪ੍ਰਕਾਸ਼ ਹੋਰਾਂ ਨੂੰ ਜਿਹੜੀ ਹੈ ਉਹ ਟਿਕਟ ਦੇ ਦਿੱਤੀ ਗਈ ਹੈ। ਤਾਂ ਅਜਿਹੇ 'ਚ ਜਿਹੜਾ ਵੈ ਹੁਸ਼ਿਆਰਪੁਰ ਦੀ ਵੀ ਪਿਕਚਰ ਕਲੀਅਰ ਹੋ ਗਈ ਕਿ ਰਾਜਕੁਮਾਰ ਚੱਬੇਵਾਲ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ, ਉਹਨਾਂ ਦਾ ਮੁਕਾਬਲਾ ਹੁਣ ਬੀਜੇਪੀ ਦਾ ਰਹਿਣ ਵਾਲਾ। ਹਾਲਾਂਕਿ ਕਾਂਗਰਸ ਨੇ ਅਜੇ ਪੱਤਾ ਨਹੀਂ ਖੋਲਿਆ। ਔਰ ਇਸੇ ਤਰੀਕੇ ਨਾਲ ਗੱਲ ਜਿਹੜੀ ਹੈ ਉਹ ਕੀਤੀ ਜਾਵੇ ਖਡੂਰ ਸਾਹਿਬ ਦੀ, ਜਿਹੜਾ ਇੱਕ ਹਲਕਾ ਪੈਂਦਾ ਜਿਸ ਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਪੰਥਕ ਵੋਟ ਬੈਂਕ ਹੈ, ਤਾਂ ਉੱਥੇ ਮਨਜੀਤ ਮੰਨਾ ਹੋਰਾਂ ਦੇ ਉੱਤੇ ਬੀਜੇਪੀ ਨੇ ਦਾਅ ਖੇਡਿਆ, ਕਿਉਂਕਿ ਪੰਥਕ ਹਲਕੇ ਦੇ ਵਿੱਚ ਕਿਸ ਤਰੀਕੇ ਦੇ ਨਾਲ ਭਾਜਪਾ ਦੀ ਐਂਟਰੀ ਜਿਹੜੀ ਹੋਈ ਹੈ ਉਹ ਮਨਜੀਤ ਮੰਨਾ ਦੇ ਜ਼ਰੀਏ ਹੋਈ ਹੈ, ਔਰ ਕਿੰਨਾ ਕੁ ਇਹ ਪ੍ਰਭਾਵ ਪਾਉਂਦੇ ਨੇ ਇਹ ਲੋਕਾਂ ਨੇ 1 ਜੂਨ ਨੂੰ ਤੈਅ ਕਰਨਾ ਵੈ। ਲੇਕਿਨ ਬੀਜੇਪੀ ਨੇ ਆਪਣੀ ਪਿਕਚਰ ਜਿਹੜੀ ਉਹ ਆਲਮੋਸਟ ਕਲੀਅਰ ਕਰ ਦਿੱਤੀ ਹੈ, ਔਰ ਇਸ ਪਿਕਚਰ ਦੇ ਵਿੱਚ ਬੀਜੇਪੀ ਦੂਸਰੀ ਪਾਰਟੀਆਂ ਨਾਲੋਂ ਜਿਹੜਾ ਇੱਕ ਵੱਖਰੀ ਨਜ਼ਰ ਆਈ ਹੈ। ਦੋ ਮਹਿਲਾ ਕੈਂਡੀਡੇਟ ਨੂੰ ਟਿਕਟ ਜਿਹੜੀ ਉਹ ਬੀਜੇਪੀ ਦੇ ਵੱਲੋਂ ਮਿਲੀ ਹੈ, ਪਹਿਲੀ ਮਹਿਲਾ ਕੈਂਡੀਡੇਟ ਪਰਨੀਤ ਕੌਰ ਪਟਿਆਲਾ ਤੋਂ, ਦੂਸਰੀ ਮਹਿਲਾ ਕੈਂਡੀਡੇਟ ਜਿਹੜੇ ਨੇ ਉਹ ਪਰਮਪਾਲ ਕੌਰ ਸਿੱਧੂ ਜੋ ਬਠਿੰਡਾ ਤੋਂ। ਬਾਕੀ ਪਾਰਟੀਆਂ ਨੇ ਅਜੇ ਤੱਕ ਕਾਂਗਰਸ ਨੇ ਕੋਈ ਮਹਿਲਾ ਕੈਂਡੀਡੇਟ ਮੈਦਾਨ ਦੇ ਵਿੱਚ ਨਹੀਂ ਉਤਾਰੀ, ਅਕਾਲੀ ਦਲ ਦੇ ਵੱਲੋਂ ਹਰਸਿਮਰਤ ਬਾਦਲ ਨੇ, ਉਸ ਤੋਂ ਇਲਾਵਾ ਮਹਿਲਾ ਕੈਂਡੀਡੇਟ ਕੋਈ ਨਹੀਂ, ਆਮ ਆਦਮੀ ਪਾਰਟੀ ਵੱਲੋਂ ਕੋਈ ਮਹਿਲਾ ਕੈਂਡੀਡੇਟ ਨਹੀਂ ਹੈ। ਹਾਲਾਂਕਿ ਸਿਆਸੀ ਪਾਰਟੀਆਂ ਦਾਅਵਾ ਅਤੇ ਕਲੇਮ ਕਰਦੀਆਂ ਸੀਗੀਆਂ ਕਿ 33% ਅਸੀਂ ਮਹਿਲਾਵਾਂ ਨੂੰ ਟਿਕਟ ਦੇਵਾਂਗੇ, ਲੇਕਿਨ ਅਜੇ ਤੱਕ ਉਹ ਪਿਕਚਰ ਜਿਹੜੀ ਹੈ ਉਹ ਨਜ਼ਰ ਨਹੀਂ ਆ ਰਹੀ ਕਿ ਮਹਿਲਾਵਾਂ ਨੂੰ ਜ਼ਿਆਦਾ ਤਵੱਜੋ ਪੰਜਾਬ ਦੀ ਸਿਆਸਤ 'ਚ ਮਿਲੇ। ਭਾਜਪਾ ਦੇ ਵੱਲੋਂ 2 ਚਿਹਰੇ ਮਹਿਲਾਵਾਂ ਨੂੰ ਜ਼ਰੂਰ ਮੈਦਾਨ ਦੇ ਵਿੱਚ ਉਤਾਰੇ ਨੇ, ਔਰ ਅਕਾਲੀ ਦਲ ਦੇ ਵੱਲੋਂ 2 ਹੀ ਚਿਹਰੇ ਨਜ਼ਰ ਆਉਂਦੇ ਨੇ, ਇੱਕ ਬਠਿੰਡਾ ਤੋਂ ਹਰਸਿਮਰਤ ਬਾਦਲ ਜਿਨ੍ਹਾਂ ਦੀ ਟਿਕਟ ਆਲਮੋਸਟ ਕਨਫਰਮ ਹੈ। ਕੱਲ੍ਹ ਸਾਡੀ ਬੀਬੀ ਜਗੀਰ ਕੌਰ ਹੋਰਾਂ ਨਾਲ ਗੱਲ ਹੋ ਰਹੀ ਸੀ, ਪਿਛਲੀ ਵਾਰ ਪਾਰਟੀ ਨੇ ਦਾ ਬੀਬੀ ਜਗੀਰ ਕੌਰ ਦੇ ਉੱਤੇ ਖਡੂਰ ਸਾਹਿਬ ਤੋਂ ਖੇਡਿਆ ਸੀ, ਹਾਲਾਂਕਿ ਬੀਬੀ ਜਗੀਰ ਕੌਰ ਕੱਲ੍ਹ ਪ੍ਰਧਾਨ ਤੋਂ ਖਫਾ ਨਜ਼ਰ ਆ ਰਹੇ ਸੀ ਔਰ ਕਹਿ ਰਹੇ ਸੀ ਕਿ ਪਿਛਲੀ ਵਾਰ ਮੇਰੀ ਪਾਰਟੀ ਦੇ ਹੀ ਕੁਛ ਬੰਦਿਆਂ ਨੇ ਮੈਨੂੰ ਜਿਹੜਾ ਹਰਾ ਦਿੱਤਾ ਸੀਗਾ। ਤਾਂ ਇਸ ਵਾਰ ਖਡੂਰ ਸਾਹਿਬ ਤੋਂ ਕੀ ਬੀਬੀ ਜਗੀਰ ਕੌਰ ਅਕਾਲੀ ਦਲ ਤੋਂ ਹੋਣਗੇ ਜਾਂ ਕੋਈ ਹੋਰ ਹੋਏਗਾ, ਇਹ ਅਗਲੇ ਹਫਤੇ ਤੱਕ ਪਿਕਚਰ ਕਲੀਅਰ ਹੋ ਜਾਏਗੀ। ਲੇਕਿਨ ਬੀਜੇਪੀ ਨੇ ਆਪਣੇ 9 ਪੱਤੇ ਜਿਹੜੇ ਨੇ ਉਹ ਖੋਲ ਦਿੱਤੇ ਨੇ। ਜੀ ਬਹੁਤ ਬਹੁਤ ਸ਼ੁਕਰੀਆ ਪੰਕਜ, ਸਾਨੂੰ ਤਮਾਮ ਜਾਣਕਾਰੀ ਦੇਣ ਲਈ ਤੇ ਵੱਡੀ ਖਬਰ ਦਾ ਜ਼ਿਕਰ ਕਰ ਰਿਹਾ। ਪੰਜਾਬ ਦੇ ਲਈ ਬੀਜੇਪੀ ਦੀ ਦੂਜੀ ਲਿਸਟ ਵੀ ਜਾਰੀ ਹੋ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਆਪਣੀ ਤੀਜੀ ਲਿਸਟ ਜਾਰੀ ਕਰ ਚੁੱਕੀ ਹੈ। ਜੇ ਗੱਲ ਕਰੀਏ ਬੀਜੇਪੀ ਤੇ ਬੀਜੇਪੀ ਨੇ ਪੰਜਾਬ ਦੇ ਲਈ 3 ਹੋਰ ਉਮੀਦਵਾਰਾਂ ਦਾ 3 ਹੋਰ ਕੈਂਡੀਡੇਟਸ ਦਾ ਐਲਾਨ ਕਰ ਦਿੱਤਾ ਹੈ। ਬਠਿੰਡਾ ਤੋਂ ਸਿਕੰਦਰ ਸਿੰਘ ਮਲੂਕਾ ਦੀ 9 ਨੂੰ ਟਿਕਟ ਦਿੱਤੀ ਗਈ ਹੈ। ਹਾਲ ਹੀ ਚ IAS ਅਹੁਦੇ ਤੋਂ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀਗਾ।
ਬਾਅਦ ਉਹਨਾਂ ਦੇ ਵੱਲੋਂ ਬੀਜੇਪੀ ਜੁਆਇਨ ਕੀਤੀ ਗਈ ਸੀਗੀ। ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੇ ਟਕਸਾਲੀ, ਜੋ ਅਕਾਲੀ ਆਗੂ ਨੇ ਸਿਕੰਦਰ ਸਿੰਘ ਮਲੂਕਾ ਉਹਨਾਂ ਦੀ ਜੋ ਨੂੰਹ ਦੇ ਵੱਲੋਂ ਉਹਨਾਂ ਦੇ ਪੁੱਤ ਦੇ ਵੱਲੋਂ ਬੀਜੇਪੀ ਦਾ ਪੱਲਾ ਫੜਿਆ ਗਿਆ ਸੀਗਾ। ਕੁਝ ਦਿਨ ਪਹਿਲਾਂ ਦੀਆਂ ਤਸਵੀਰਾਂ ਨੇ, ਦਿੱਲੀ ਦੀਆਂ ਤਸਵੀਰਾਂ ਨੇ, ਜਦੋਂ ਕਿ ਬਠਿੰਡਾ ਤੋਂ ਸਿਕੰਦਰ ਸਿੰਘ ਮਲੂਕਾ ਦੇ ਨੌ ਪੁੱਤ ਬੀਜੇਪੀ 'ਚ ਸ਼ਾਮਲ ਹੋਏ ਸੀਗੇ। ਤੇ ਕਿਆਸ ਰਹੀਆਂ ਅਟਕਲਾਂ ਉਦੋਂ ਤੋਂ ਹੀ ਸੀਗੀਆਂ ਕਿ ਪਰਮਪਾਲ ਕੌਰ ਸਿੱਧੂ ਨੂੰ ਬਠਿੰਡਾ ਤੋਂ ਚੋਣ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਤੇ ਹੁਣ ਦੂਜੀ ਲਿਸਟ ਮਾਫ ਕਰਨਾ, ਬੀਜੇਪੀ ਦੇ ਵੱਲੋਂ ਜਾਰੀ ਕੀਤੀ ਗਈ ਹੈ। ਤੇ ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ। ਇਸ ਵਿਚਾਲੇ ਜੇ ਅਸੀਂ ਗੱਲ ਕਰੀਏ, ਸੋਮ ਪ੍ਰਕਾਸ਼ ਮੌਜੂਦਾ ਸਿਟਿੰਗ MP ਨੇ, ਜਿਸਦੇ ਕਿ ਮੇਰੇ ਸਹਿਯੋਗੀ ਦੇ ਵੱਲੋਂ ਜ਼ਿਕਰ ਕੀਤਾ ਗਿਆ ਕਿ ਉਹਨਾਂ ਦੀ ਸਿਹਤ ਨਾਸਾਜ਼ ਰਹਿੰਦੀ ਹੈ, ਜਿਸਦੇ ਚਲਦੇ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ। ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਹੈ ਅਨੀਤਾ ਸੋਮ ਪ੍ਰਕਾਸ਼। ਖਡੂਰ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਗਈ ਹੈ। ਤੇ ਸੈਕਿੰਡ ਲਿਸਟ ਬੀਜੇਪੀ ਦੇ ਵੱਲੋਂ ਜਾਰੀ ਕਰ ਦਿੱਤੀ ਗਈ ਹੈ। ਸੈਕਿੰਡ ਲਿਸਟ 3 ਹੋਰ ਉਮੀਦਵਾਰ ਦਾ ਐਲਾਨ ਕੀਤਾ ਗਿਆ, ਜਦੋਂ ਕਿ ਪਹਿਲੀ ਲਿਸਟ ਜਾਰੀ ਕੀਤੀ ਗਈ ਸੀਗੀ। ਉਦੋਂ ਗੁਰਦਾਸਪੁਰ ਤੋਂ ਸ਼੍ਰੀ ਦਿਨੇਸ਼ ਸਿੰਘ ਬੱਬੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਸੀਗਾ। ਹਾਲਾਂਕਿ ਸੰਨੀ ਦਿਓਲ ਦਾ ਉੱਥੇ ਜੋ ਹੈ ਨਿਰੰਤਰ ਲੋਕ ਉਹਨਾਂ ਨੂੰ ਬੋਇਕਾਟ ਕਰ ਰਹੇ ਸੀਗੇ। ਇਸ ਵਿਚਾਲੇ ਲੋਕਲ ਲੀਡਰ ਨੇ ਦਿਨੇਸ਼ ਬੱਬੂ ਨੂੰ, ਜਿਹਨਾਂ ਚੋਣ ਮੈਦਾਨ 'ਚ ਉਤਾਰਿਆ ਗਿਆ, ਬੀਜੇਪੀ ਦਾ ਗੜ ਕਹੀ ਜਾਂਦੀ ਹੈ ਗੁਰਦਾਸਪੁਰ ਸੀਟ। ਅੰਮ੍ਰਿਤਸਰ ਦੀ ਜੇ ਗੱਲ ਕਰੀਏ, ਅੰਮ੍ਰਿਤਸਰ ਤੋਂ ਸ਼੍ਰੀ ਤਰਨਜੀਤ ਸਿੰਘ ਸੰਧੂ ਨੂੰ ਚੋਣ ਮੈਦਾਨ 'ਚ ਬੀਜੇਪੀ ਦੇ ਵੱਲੋਂ ਉਮੀਦਵਾਰ ਐਲਾਨਿਆ ਗਿਆ ਹੈ, ਕੈਂਡੀਡੇਟ ਐਲਾਨੇ ਗਏ ਨੇ। ਜਲੰਧਰ ਸੀਟ ਤੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਲੁਧਿਆਣਾ ਸੀਟ ਤੋਂ ਰਮੀਤ ਸਿੰਘ ਬਿੱਟੂ ਨੂੰ ਬੀਜੇਪੀ ਦੇ ਵੱਲੋਂ ਚੋਣ ਮੈਦਾਨ 'ਚ ਉਤਾਰਿਆ ਗਿਆ। ਹਾਲ ਹੀ 'ਚ ਇਹਨਾਂ ਦੇ ਵੱਲੋਂ ਵੀ ਕਾਂਗਰਸ ਪਾਰਟੀ ਛੱਡ ਕੇ ਜੋ ਹੈ ਬੀਜੇਪੀ ਦਾ ਪੱਲਾ ਫੜਿਆ ਗਿਆ ਸੀਗਾ। ਸਿਟਿੰਗ MP ਨੇ ਲੁਧਿਆਣਾ ਸੀਟ ਤੋਂ, ਫਰੀਦਕੋਟ ਸੀਟ ਜੋ ਰਿਜ਼ਰਵ ਸੀਟ ਹੈ ਉੱਥੋਂ ਸ਼੍ਰੀ ਹੰਸ ਰਾਜ ਹੰਸ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਮੈਂਬਰ ਜੋ ਪਾਰਲੀਮੈਂਟ ਨੇ ਸਿਟਿੰਗ MP ਨੇ ਦਿੱਲੀ ਤੋਂ, ਪਰ ਹੁਣ ਇਹਨਾਂ ਤੇ ਦਾਅ ਖੇਡਿਆ ਗਿਆ ਹੈ ਪੰਜਾਬ ਦੀ ਫਰੀਦਕੋਟ ਸੀਟ ਤੋਂ। ਪਟਿਆਲਾ ਤੋਂ ਪਨੀਤ ਕੌਰ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਹਾਲ ਹੀ 'ਚ ਇਹਨਾਂ ਦੇ ਵੱਲੋਂ ਵੀ ਕਾਂਗਰਸ ਪਾਰਟੀ ਛੱਡ ਕੇ ਬੀਜੇਪੀ 'ਚ ਸ਼ਾਮਲ ਹੋਏ ਸੀਗੇ। ਜੇ ਗੱਲ ਕਰੀਏ ਤੇ ਬੀਜੇਪੀ ਦੇ ਵੱਲੋਂ 2 ਮਹਿਲਾ ਕੈਂਡੀਡੇਟਸ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਪਨੀਤ ਕੌਰ ਨੂੰ ਪਟਿਆਲਾ ਸੀਟ ਤੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਬੀਜੇਪੀ ਦੇ ਵੱਲੋਂ। ਇਸ ਦੇ ਵਿਚਾਲੇ ਪਰਮਪਾਲ ਕੌਰ ਸਿੱਧੂ ਨੂੰ ਤੇ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ ਬਠਿੰਡਾ ਸੀਟ ਦੇ ਉੱਤੇ। ਇਸ ਦੇ ਵਿਚਾਲੇ ਜੇ ਗੱਲ ਕਰੀਏ ਤੇ ਹਾਲਾਂ ਬਠਿੰਡਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪੱਤੇ ਨਹੀਂ ਖੋਲੇ ਗਏ। 3 ਵਾਰ ਦੇ ਸਿਟਿੰਗ MP ਨੇ ਹਰਸਿਮਰਤ ਕੌਰ ਬਾਦਲ, ਤੇ ਕਿਆਸ ਰਹੀਆਂ ਅਟਕਲਾਂ ਆ ਵੀ ਨੇ ਕਿ 4th ਵਾਰ ਬਠਿੰਡਾ ਸੀਟ ਤੋਂ ਉਹਨਾਂ ਤੇ ਦਾਅ ਖੇਡਿਆ ਜਾ ਸਕਦਾ ਹੈ। ਇਸ ਵਿਚਾਲੇ ਕੱਲ ਉਹਨਾਂ ਦੀ ਇੱਕ ਵੱਡੀ ਸਟੇਟਮੈਂਟ ਵੀ ਸਾਹਮਣੇ ਆਈ ਸੀ, ਜਦੋਂ ਉਹਨਾਂ ਨੇ ਕਿਹਾ ਸੀਗਾ ਜੇ ਮੈਂ ਲੋਕ ਸਭਾ ਚੋਣ ਲੜਾਂਗੀ ਤੇ ਬਠਿੰਡਾ ਸੀਟ ਤੋਂ ਹੀ ਲੜਾਂਗੀ, ਅਦਰਵਾਈਜ਼ ਨਹੀਂ ਲੜਾਂਗੀ। ਪਾਰਟੀ ਟਿਕਟ ਦੇ ਵੱਲੋਂ ਤੈਅ ਹੁੰਦਾ ਹੈ ਕਿ ਟਿਕਟ ਦੇਣਾ ਨਾ ਦੇਣਾ। ਇਸ ਵਿਚਾਲੇ 2 ਮਹਿਲਾ ਕੈਂਡੀਡੇਟਸ ਨੂੰ ਬੀਜੇਪੀ ਦੇ ਵੱਲੋਂ ਚੋਣ ਮੈਦਾਨ 'ਚ ਉਤਾਰਿਆ ਗਿਆ। ਬਕਾਇਦਾ ਲਿਸਟ ਤੁਹਾਨੂੰ ਵਿਖਾ ਰਹੇ, ਵੱਡੀ ਖਬਰ ਦਾ ਜ਼ਿਕਰ ਕਰ ਰਹੇ ਪੰਜਾਬ ਦੇ ਲਈ, ਬੀਜੇਪੀ ਦੇ ਵੱਲੋਂ ਸੈਕਿੰਡ ਲਿਸਟ ਜਾਰੀ ਕਰ ਦਿੱਤੀ ਗਈ ਹੈ, ਦੂਜੀ ਲਿਸਟ ਜਾਰੀ ਕੀਤੀ ਗਈ ਹੈ। ਬੀਜੇਪੀ ਨੇ ਪੰਜਾਬ ਦੇ ਲਈ 3 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਬਠਿੰਡਾ ਤੋਂ ਸਿਕੰਦਰ ਸਿੰਘ ਮਲੂਕਾ ਦੀ ਨੂੰਹ ਨੂੰ ਟਿਕਟ ਦਿੱਤੀ ਗਈ ਹੈ। ਬਠਿੰਡਾ ਤੋਂ ਪਰਮਪਾਲ ਕੌਰ ਸਿੱਧੂ ਨੂੰ ਟਿਕਟ ਦਿੱਤੀ ਗਈ ਹੈ। ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼, ਜੋ ਸੋਮ ਪ੍ਰਕਾਸ਼ ਦੀ ਪਤਨੀ ਨੇ, ਉਹਨਾਂ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ। ਹਾਲਾਂਕਿ ਵਿਜੇ ਸਾਂਪਲਾ ਦੇ ਵੱਲੋਂ ਵੀ ਇਸ ਸੀਟ ਤੇ ਦਾਅਵੇਦਾਰੀ ਜ਼ਰੂਰ ਠੋਕੀ ਜਾ ਰਹੀ ਸੀਗੀ, ਪਰ ਹੁਸ਼ਿਆਰਪੁਰ ਤੋਂ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ। ਕੇਂਦਰ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਹੈ ਅਨੀਤਾ ਸੋਮ ਪ੍ਰਕਾਸ਼, ਤੇ ਸਿਟਿੰਗ MP ਨੇ ਹੁਸ਼ਿਆਰਪੁਰ ਸੀਟ ਤੋਂ ਰਿਜ਼ਰਵ ਸੀਟ ਹੈ। ਖਡੂਰ ਸਾਹਿਬ ਸੀਟ ਤੋਂ ਮਨਜੀਤ ਸਿੰਘ ਮੰਨਾ ਨੂੰ ਟਿਕਟ ਦਿੱਤੀ ਗਈ ਹੈ। ਤੇ ਹੁਣ ਤੱਕ ਜੋ ਹੈ ਬੀਜੇਪੀ ਦੇ ਵੱਲੋਂ 9 ਕੈਂਡੀਡੇਟਸ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲੀ ਲਿਸਟ ਜਾਰੀ ਕੀਤੀ ਗਈ ਸੀਗੀ, ਉਦੋਂ 6 ਕੈਂਡੀਡੇਟਸ ਦਾ ਐਲਾਨ ਕੀਤਾ ਗਿਆ ਸੀਗਾ, ਤੇ ਹੁਣ ਜੋ ਹੈ ਦੂਸਰੀ ਲਿਸਟ ਜਾਰੀ ਕੀਤੀ ਗਈ ਹੈ। ਦੂਸਰੀ ਲਿਸਟ 3 ਹੋਰ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ। ਤੀਸਰੇ ਵਿਚਾਲੇ ਮੇਰੇ ਨਾਲ ਮੇਰੇ ਸਹਿਯੋਗੀ ਰਣਬੀਰ ਨਿਊਜ਼ ਰੂਮ ਤੋਂ ਲਾਈਵ ਜੁੜੇ ਹੋਏ ਨੇ। ਰਣਬੀਰ, ਬੀਜੇਪੀ ਦੇ ਵੱਲੋਂ ਦੂਜੀ ਲਿਸਟ ਆਪਣੀ ਜਾਰੀ ਕਰ ਦਿੱਤੀ ਗਈ ਹੈ, ਤੇ ਤਮਾਮ ਵੱਡੇ ਚਿਹਰੇ ਵੀ ਇਸ ਦੂਸਰੀ ਲਿਸਟ ਸ਼ਾਮਿਲ ਕੀਤੇ ਗਏ।
ਅੱਜ ਦੋ ਲਿਸਟਾਂ ਜਿਹੜੀਆਂ ਨੇ ਜਾਰੀ ਹੋ ਚੁੱਕੀਆਂ ਨੇ, ਇੱਕ ਆਮ ਆਦਮੀ ਪਾਰਟੀ ਦੀ 4 ਕੈਂਡੀਡੇਟਸ ਦੀ ਲਿਸਟ ਹੈ ਤੇ ਬੀਜੇਪੀ ਦੀ 3 ਕੈਂਡੀਡੇਟਸ ਦੀ ਲਿਸਟ ਹੈ। ਤਾਂ ਕਿਉਂਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਪੰਜਾਬ ਦੇ ਵਿੱਚ ਉਵੇਂ ਉਵੇਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੈ ਜਿਹੜਾ ਉਹ ਵੀ ਹੋ ਰਿਹਾ ਹੈ। ਤੇ ਜੇਕਰ ਗੱਲ ਜਿਹੜੇ 3 ਉਮੀਦਵਾਰਾਂ ਦੀ ਕੀਤੀ ਜਾਵੇ ਅੱਜ ਦੇ ਉਮੀਦਵਾਰਾਂ ਦੀ, ਤਾਂ ਸਭ ਤੋਂ ਪਹਿਲਾਂ ਬਠਿੰਡਾ ਦਾ ਜ਼ਿਕਰ ਕਰਨਾ ਬਣਦਾ ਹੈ। ਪਰਮਪਾਲ ਕੌਰ ਨੂੰ ਟਿਕਟ ਦਿੱਤੀ ਗਈ ਹੈ, ਜਿਸ ਦੇ ਵਿੱਚ ਇਹ ਹੈ ਕਿ ਅਕਾਲੀ ਦਲ ਦਾ ਬੈਕਗਰਾਊਂਡ ਹੈ, ਸਿਕੰਦਰ ਸਿੰਘ ਮਲੂਕਾ ਦਾ ਪਰਿਵਾਰ ਹੈ, ਉਹਨਾਂ ਦੀ ਨੂੰਹ ਨੇ ਪਰਮਪਾਲ ਕੌਰ ਸਿੱਧੂ, ਅਤੇ ਹੁਣ ਉਹ ਅਕਾਲੀ ਦਲ ਦੇ ਹਰਸਿਮਰਤ ਕੌਰ ਬਾਦਲ ਨੂੰ, ਹਾਲਾਂਕਿ ਐਲਾਨ ਹੋਣਾ ਬਾਕੀ ਹੈ ਪਰ ਤੈਅ ਹੈ ਕਿ ਹਰਸਿਮਰਤ ਕੌਰ ਬਾਦਲ ਹੀ ਉੱਥੋਂ ਮੈਦਾਨ 'ਚ ਹੋਣਗੇ। ਦੂਜੇ ਪਾਸੇ ਗੁਰਮੀਤ ਸਿੰਘ ਖੁੱਡੀਆਂ ਨੇ ਅਤੇ ਜੀਤ ਮਹਿੰਦਰ ਸਿੰਘ ਸਿੱਧੂ, ਉਹਨਾਂ ਦਾ ਵੀ ਚਾਹੇ ਇੱਕ ਵੇਲੇ ਉਹ ਕਾਂਗਰਸ ਦੇ ਵਿੱਚ ਰਹੇ ਫਿਰ ਅਕਾਲੀ ਦਲ ਦੇ ਵਿੱਚ ਆਏ ਤਾਂ ਹੁਣ ਦੁਬਾਰਾ ਤੋਂ ਕਾਂਗਰਸ ਨੇ ਉਹਨਾਂ ਨੂੰ ਟਿਕਟ ਦਿੱਤੀ ਹੈ। ਤਾਂ ਕਿਤੇ ਨਾ ਕਿਤੇ ਜਿਹੜੇ ਇਹ ਬੈਕਗਰਾਊਂਡ ਹੈ ਇਹ ਸਾਰੇ ਪਰਿਵਾਰ ਹੀ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ ਕਿਤੇ ਨਾ ਕਿਤੇ, ਪਰ ਹੁਣ ਜਿਹੜਾ ਮੁਕਾਬਲਾ ਹੈ ਇਹ ਆਪਸ ਦੇ ਵਿੱਚ ਕਾਫੀ ਤਕੜਾ ਹੋਵੇਗਾ ਅਤੇ ਕਲੀਅਰ ਜਿਹੜੀ ਹੈ ਸਿਚੁਏਸ਼ਨ ਹੁੰਦੀ ਜਾ ਰਹੀ ਹੈ ਜਿਵੇਂ ਜਿਵੇਂ ਕੈਂਡੀਡੇਟਸ ਜਿਹੜੇ ਨੇ ਸਾਹਮਣੇ ਆ ਰਹੇ ਨੇ। ਜੇ ਦੂਜੇ ਪਾਸੇ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਤਾਂ ਅਨੀਤਾ ਸੋਮ ਪ੍ਰਕਾਸ਼ ਨੂੰ ਟਿਕਟ ਦਿੱਤੀ ਗਈ ਹੈ। ਸੋਮ ਪ੍ਰਕਾਸ਼ ਕਿਉਂਕਿ ਦੋ ਵਾਰ ਦੇ ਵਿਧਾਇਕ ਰਹਿ ਚੁੱਕੇ ਨੇ ਫਗਵਾੜਾ ਤੋਂ, ਸਿਟਿੰਗ MP ਨੇ, ਕੇਂਦਰੀ ਰਾਜ ਮੰਤਰੀ ਨੇ, ਤਾਂ ਉਹਨਾਂ ਦਾ ਵੀ ਕਾਫੀ ਦਬਦਬਾ ਹੈ। ਅਤੇ ਉੱਥੇ ਜਿਹੜਾ ਇਹ ਜਿਹੜੀ ਹੁਸ਼ਿਆਰਪੁਰ ਦਾ ਏਰੀਆ ਹੈ ਜਾਂ ਗੱਲ ਕੀਤੀ ਜਾਵੇ ਗੁਰਦਾਸਪੁਰ ਦੀ ਗੱਲ ਕੀਤੀ ਜਾਂਦੀ ਹੈ ਜਦੋਂ, ਤਾਂ ਉੱਥੇ ਜ਼ਿਆਦਾਤਰ ਜਿਹੜੀ ਹੈ ਉਹ BJP ਹੀ ਜਿੱਤਦੀ ਰਹੀ ਹੈ। ਪਿਛਲੇ ਸਮੇਂ ਦੇ ਵਿੱਚ ਵੀ BJP ਦਾ ਦਬਦਬਾ ਕਾਫੀ ਰਿਹਾ ਹੈ, ਚਾਹੇ ਉਹ ਗੁਰਦਾਸਪੁਰ ਤੋਂ ਵਿਨੋਦ ਖੰਨਾ ਦੇ ਰੂਪ ਦੇ ਵਿੱਚ ਹੋਵੇ, ਚਾਹੇ ਉਹ ਸੰਨੀ ਦਿਓਲ ਦੇ ਰੂਪ ਦੇ ਵਿੱਚ ਹੋਵੇ, ਅਤੇ ਚਾਹੇ ਉਹ ਹੁਸ਼ਿਆਰਪੁਰ ਦੀ ਗੱਲ ਕੀਤੀ ਜਾਵੇ ਜਿੱਥੋਂ ਸੋਮ ਪ੍ਰਕਾਸ਼ ਜਿਹੜੇ ਨੇ ਉਹ ਮੌਜੂਦਾ MP ਨੇ। ਤਾਂ ਇਸ ਢੰਗ ਦੇ ਨਾਲ ਕਾਫੀ ਦਿਲਚਸਪ ਰਹੇਗਾ ਮੁਕਾਬਲਾ, ਅਤੇ ਲੋਕਾਂ ਦੇ ਵਿੱਚ ਕਾਫੀ ਕਿਉਰਿਓਸਿਟੀ ਵੀ ਸੀ ਕਿ ਕਿਸ ਉਮੀਦਵਾਰ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਏਗਾ। ਤਾਂ ਕਾਫੀ ਅੱਜ ਜਿਹੜੀਆਂ ਚੀਜ਼ਾਂ ਨੇ ਉਹ ਕਲੀਅਰ ਹੋ ਰਹੀਆਂ ਨੇ। ਮਨਜੀਤ ਸਿੰਘ ਮੰਨਾ ਨੂੰ ਖਡੂਰ ਸਾਹਿਬ ਤੋਂ ਟਿਕਟ ਦਿੱਤੀ ਗਈ ਹੈ, ਪਹਿਲਾਂ ਹੀ ਲਾਲਜੀਤ ਸਿੰਘ ਭੁੱਲਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ। ਤਾਂ ਕਾਫੀ ਹੁਣ ਜਿਹੜੀਆਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ 13 ਦੀਆਂ 13 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ, ਹਾਲਾਂਕਿ ਆਮ ਆਦਮੀ ਪਾਰਟੀ ਦੇ ਬਹੁਤੇ ਜਿਹੜੇ ਚਿਹਰੇ ਨੇ ਉਹ ਮੌਜੂਦਾ ਵਿਧਾਇਕ ਨੇ, ਮੌਜੂਦਾ ਮੰਤਰੀ ਨੇ, ਉਹਨਾਂ 'ਤੇ ਦਾਅ ਖੇਡਿਆ ਜਾ ਰਿਹਾ ਹੈ। ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਵੱਲੋਂ ਵੀ 7 ਉਮੀਦਵਾਰਾਂ ਦਾ, ਜਿਹੜੇ ਉਹਨਾਂ ਦੇ ਧਾਕੜ ਲੀਡਰ ਕਹਿ ਲਈਏ, ਪੁਰਾਣੇ ਉਹਨਾਂ ਦੇ ਚਿਹਰੇ ਕਹਿ ਲਈਏ, ਉਹਨਾਂ 'ਤੇ ਦਾਅ ਖੇਡਿਆ ਗਿਆ ਹੈ। ਅਤੇ BJP ਦੇ ਵਿੱਚ ਇਸ ਵਾਰ ਕਿਉਂਕਿ ਅਲੱਗ ਤੌਰ 'ਤੇ ਪਹਿਲੀ ਵਾਰ ਹੈ ਜਦੋਂ 13 ਦੀਆਂ 13 ਸੀਟਾਂ ਲੜੇਗੀ ਹਾਲੇ, ਕਿਉਂਕਿ ਪਹਿਲਾਂ ਅਕਾਲੀ ਦਲ ਅਤੇ BJP ਇਕੱਠੇ ਲੜਦੇ ਰਹੇ ਨੇ ਚੋਣਾਂ, ਲੋਕ ਸਭਾ ਦੀਆਂ ਵੀ, ਵਿਧਾਨ ਸਭਾ ਦੀਆਂ ਵੀ 2022 ਨੂੰ ਛੱਡ ਕੇ। ਤਾਂ ਇਸ ਵਾਰ ਜਿਹੜਾ ਅਕਾਲੀ ਦਲ ਅਤੇ BJP ਜਦੋਂ ਵੱਖੋ ਵੱਖਰੇ ਤੌਰ 'ਤੇ ਚੋਣਾਂ ਲੜ ਰਹੇ ਨੇ ਤਾਂ ਇਸ ਦਾ ਰਿਜ਼ਲਟ ਕਿਹੋ ਜਿਹਾ ਰਹੇਗਾ, ਕਿਉਂਕਿ ਜ਼ਿਮਨੀ ਚੋਣ ਜਿਹੜੀ ਜਲੰਧਰ ਦੀ ਲੜੀ ਗਈ ਸੀ ਉਹ ਵੱਖੋ ਵੱਖਰੇ ਤੌਰ 'ਤੇ ਲੜੀ ਗਈ ਸੀ। ਇੰਦਰ ਇਕਬਾਲ ਅਟਵਾਲ ਲੜੇ BJP ਦੇ ਵੱਲੋਂ, ਡਾਕਟਰ ਸੁੱਖੀ ਜਿਹੜੇ ਨੇ ਸੁਖਵਿੰਦਰ ਉਹ ਅਕਾਲੀ ਦਲ ਦਾ ਚਿਹਰਾ ਸੀਗੇ, ਹਾਲਾਂਕਿ ਤੀਜੇ ਚੌਥੇ ਨੰਬਰ 'ਤੇ ਸੀਗੇ ਉਸ ਵੇਲੇ। ਸੁਸ਼ੀਲ ਰਿੰਕੂ ਅਤੇ ਜਿਹੜੇ ਚੌਧਰੀ ਸੰਤੋਖ ਸਿੰਘ ਦੇ ਧਰਮ ਪਤਨੀ ਨੇ ਉਹ ਦੂਜੇ ਨੰਬਰ 'ਤੇ ਰਹੇ, ਸੁਸ਼ੀਲ ਰਿੰਕੂ ਜੇਤੂ ਰਹੇ ਸੀਗੇ। ਪਰ ਇਸ ਵਾਰ ਕਿਉਂਕਿ ਅਲੱਗ ਤੌਰ 'ਤੇ ਚੋਣ ਲੜ ਰਹੇ ਨੇ ਅਤੇ ਇਹ ਜਿਹੜੀ ਜਨਰਲ ਇਲੈਕਸ਼ਨ ਹੈਗੀ ਹੈ, ਮੁੱਦੇ ਜਿਹੜੇ ਨੇ ਉਹ ਕੇਂਦਰ ਦੇ ਨੇ, ਅਤੇ ਪੰਜਾਬ ਦੇ ਲੋਕ ਉਹ ਕਿਵੇਂ ਦੇਖਦੇ ਨੇ, ਪੰਜਾਬ ਦੇ